ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 33 ਭਾਜਪਾ ਦੇ ਦਫ਼ਤਰ ਦੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਇੱਕ ਸ਼ਖਸ ਨਜ਼ਰ ਆਉਂਦਾ ਹੋਵੇਗਾ। ਉਸ ਦਾ ਨਾਮ ਹੈ ਕਨਈਆ ਮਿੱਤਲ। ਉਹ ਸ਼ਖਸ ਜੋ ਇੰਨੇ ਦਿਨੀ ਕਾਂਗਰਸ ਦੇ ਵਿੱਚ ਜਾਣ ਦਾ ਮਨ ਬਣਾਈ ਬੈਠਾ ਹੈ, ਦਰਅਸਲ ਕਿਸੇ ਵੇਲੇ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਸੀ ਔਰ ਹੁਣ ਕਹਿ ਰਿਹਾ ਕਿ ਮੇਰਾ ਭਾਜਪਾ ਦੇ ਨਾਲ ਕੋਈ ਨਾਤਾ ਨਹੀਂ, ਮੈਂ ਭਾਜਪਾ ਦੇ ਲਈ ਕਦੇ ਵੀ ਵੋਟਾਂ ਨਹੀਂ ਮੰਗੀਆਂ, ਉਹਨਾਂ ਦੇ ਲਈ ਕਦੇ ਵੀ ਪ੍ਰਚਾਰ ਨਹੀਂ ਕੀਤਾ, ਮੇਰਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਸੀ। ਪਰ ਇਹ ਤਸਵੀਰਾਂ 2014 ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਕਨਈਆ ਮਿੱਤਲ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਚੰਡੀਗੜ੍ਹ ਦੇ ਸੈਕਟਰ 33 ਭਾਜਪਾ ਦੇ ਦਫ਼ਤਰ ਦੀਆਂ ਇਹ ਤਸਵੀਰਾਂ ਨੇ। ਹਾਲਾਂਕਿ ਕਾਂਗਰਸ ਦੇ ਵਿੱਚ ਜਾਣ ਦੀ ਸੋਚ ਰਹੇ ਨੇ, ਮਨ ਉਹਨਾਂ ਨੇ ਬਣਾਇਆ ਹੋਇਆ ਔਰ ਭਾਜਪਾ ਤੋਂ ਉਹਨਾਂ ਦਾ ਮੂੰਹ ਕਿਉਂ ਮੁੜਿਆ ਉਹਨਾਂ ਨੇ ਬਿਆਨ ਦੇ ਕੇ ਦੱਸ ਦਿੱਤਾ ਸੀ, ਕਿਉਂਕਿ ਹਰਿਆਣਾ ਦੀਆਂ ਚੋਣਾਂ ਸਿਰ 'ਤੇ ਨੇ ਔਰ ਹੁਣ ਚਰਚੇ ਨੇ ਕਿ ਕਨਈਆ ਮਿੱਤਲ ਜਦੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਵੀ ਕੋਈ ਸੀਟ ਤੋਂ ਲੜਾਇਆ ਜਾਵੇਗਾ। ਤਾਂ 2014 ਦੀਆਂ ਇਹ ਤਸਵੀਰਾਂ ਨੇ। 30 ਤਰੀਕ ਪਹਿਲਾ ਮਹੀਨਾ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ, ਜੋ ਕਿ ਕਨਈਆ ਮਿੱਤਲ ਦੇ ਦਾਅਵਿਆਂ ਨੂੰ ਦਰਸਾ ਰਹੀਆਂ ਨੇ, ਕਿਉਂਕਿ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਔਰ ਕਈ ਸਟੇਜਾਂ ਤੋਂ ਇਹ ਕਿਹਾ ਸੀ ਕਿ ਮੇਰਾ ਭਾਜਪਾ ਦੇ ਨਾਲ ਕੋਈ ਨਾਤਾ ਨਹੀਂ, ਮੈਂ ਉਹਨਾਂ ਦੇ ਲਈ ਕਦੇ ਵੋਟਾਂ ਨਹੀਂ ਮੰਗੀਆਂ, ਮੇਰਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ। ਹਾਲਾਂਕਿ ਮੋਦੀ ਅਤੇ ਯੋਗੀ ਨੂੰ ਗੁਰੂ ਮੰਨਦੇ ਨੇ, ਪਰ 2014 ਦੀਆਂ ਇਹ ਤਸਵੀਰਾਂ ਨੇ ਜਦੋਂ ਕਨਈਆ ਮਿੱਤਲ ਆਪਣੇ ਸਾਥੀਆਂ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ। ਸੋ ਹੁਣ ਇਹਨਾਂ ਤਸਵੀਰਾਂ ਨੂੰ ਲੈ ਕੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ।